ਬਟਾਲਾ ਦੇ ਪਿੰਡ ਤਲਵੰਡੀ ਭਰਥ ਦੇ ਨੌਜਵਾਨ ਦੀ ਇੰਗਲੈਂਡ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। 35 ਸਾਲ ਦਾ ਤਲਵਿੰਦਰ ਸਾਲ 2009 ਦੇ ਵਿੱਚ ਇੰਗਲੈਂਡ ਗਿਆ ਸੀ। ਉਸਦੇ ਪਰਿਵਾਰਕ ਮੈਂਬਰਾਂ ਨੇ 16 ਲੱਖ ਰੁਪਏ ਖਰਚ ਕਰਕੇ ਉਸਨੂੰ ਇੰਗਲੈਂਡ ਭੇਜਿਆ ਸੀ, ਪਰ ਹੁਣ ਅੱਜ 14 ਸਾਲਾਂ ਬਾਅਦ ਉਸਦੀ ਮੌਤ ਦੀ ਖਬਰ ਆਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਉਸਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਸਰਕਾਰਾਂ ਤੋਂ ਮਦਦ ਮੰਗੀ ਹੈ। ਚੌਦਾਂ ਸਾਲ ਮੇਰੇ ਪੁੱਤ ਨੂੰ ਗਏ ਨੂੰ ਹੋ ਗਏ। ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਇਕੱਲੇ ਬਾਹਰ, ਵੀ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਘੱਲੂਗਾ। ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ, ਉੱਧਰ ਸਰਕਾਰ ਨੂੰ ਉਹਨੇ ਦੇਤੀ। ਆਖਣਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ, ਹਾਏ ਮੈਂ ਪੇਪਰ ਬਣਾਉਣ ਡਿਆ ਵਾਂ, ਕਹਿੰਦਾ ਸੀ ਹੁਣ ਮੈਂ ਆ ਜਾਣਾ ਵਾਂ। ਮੰਮੀ ਇੱਕ ਮਹੀਨਾ ਹੀ ਆ ਸਿਰਫ, ਨਵੇਂ ਸਾਲ 'ਚ ਮੈਂ ਆ ਜਾਣਾ ਵਾਂ, ਮੈਂ ਆਣ ਕੇ ਨਾ ਕੁਛ ਕਰੂੰਗਾ। ਮੈਂ ਨਾ ਵੇਖਿਆ ਘਰ, ਨਾ ਮੈਂ ਵੇਖਿਆ ਬਾਹਰ, ਵੀ ਮੈਂ ਆਪਣਾ ਘਰ ਬਣਾ ਲਾ। ਮੈਂ ਨਾ ਬਣਾਇਆ ਘਰ, ਵੀ ਮੇਰੇ ਪੁੱਤ ਦੀ ਕਮਾਈ ਆ, ਚੱਲ ਉੱਧਰ ਹੀ ਦਿਆ ਪੂਰੀ ਕਰ ਲਾ। ਤਾਂ ਮੰਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲਊਂਗਾ, ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਬਣਨਾ ਕੀ ਚੰਗਾ ਭਲਾ, ਨਾ ਕੋਈ ਦੁੱਖ ਨਾ ਕੋਈ ਤਕਲੀਫ ਮੇਰੇ ਪੁੱਤ ਨੂੰ, ਕੋਈ ਨਹੀਂ ਮੇਰੇ ਪੁੱਤ ਨੂੰ। ਯਕਦਮ ਹੀ ਗੱਲਾਂ ਕਰਦਾ ਕਰਦਾ ਹੀ 9 ਵਜੇ ਮੈਨੂੰ ਫੋਨ ਆਉਂਦਾ ਵਾ, 12 ਵਜੇ ਸੱਸ ਨੂੰ ਆਉਣ ਡਿਆ ਵਾ। ਸਾਡਾ ਬੇਟਾ ਤਲਵਿੰਦਰ ਸਿੰਘ 2009 ਨੂੰ ਇੰਗਲੈਂਡ ਗਿਆ ਸੀ, ਪਰ ਉੱਥੇ ਇੰਨੇ ਹਾਲਾਤ ਨਹੀਂ ਸੁਧਾਰ ਸਕਿਆ। ਪੂੰਜੀ ਇਕੱਠੀ ਕਰਕੇ ਮੈਂ ਬਿਜਲੀ ਬੋਰਡ ਦੇ ਵਿੱਚ ਲਾਇਰਮੈਨ ਦੇ ਅਹੁਦੇ 'ਤੇ ਨੌਕਰੀ ਕੀਤੀ। ਪੈਸਾ ਇਕੱਠਾ ਕਰਕੇ GP ਫੰਡ ਵੀ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਅਤੇ ਉਹਨੂੰ ਮੈਂ ਇੰਗਲੈਂਡ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ। 14 ਸਾਲ ਪਿੱਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ। 23 ਤਰੀਕ ਨੂੰ ਮੈਨੂੰ ਖਬਰ ਆਈ ਆ 2 ਵਜੇ ਕਿ ਉਸਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ। ਫਿਰ ਘਰ ਦੇ ਜੀਆਂ ਨੂੰ ਮੈਂ ਠਾਲਿਆ ਵੀ ਤੁਸੀਂ ਫੋਨ ਨਹੀਂ ਚੁੱਕਿਆ, ਜਾਂ ਕੋਈ ਫੋਨ ਮੈਨੂੰ ਆਉਂਦਿਆ ਵੀ ਉਹਦੀ ਮੌਤ ਹੋ ਚੁੱਕੀ ਹਾਰਟ ਅਟੈਕ ਦੇ ਨਾਲ। ਫਿਰ ਅਸੀਂ ਬਾਹਰ ਨੂੰ ਫੋਨ ਲਾਏ ਅਤੇ ਫਿਰ ਪਤਾ ਕੀਤਾ ਅਤੇ ਫਿਰ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਵੀ ਹਾਂ ਠੀਕ ਉਹਦੀ ਮੌਤ ਹੋ ਗਈ। ਅੱਗੇ ਲੋਕ ਘਰ ਦੇ ਹਾਲਾਤ ਹੀ ਨਹੀਂ ਸੁਧਾਰ ਰਹੇ। ਹਾਂ ਜੀ, 14 ਸਾਲਾਂ 'ਚ ਅਸੀਂ ਘਰ ਦੇ ਹਾਲਾਤ ਨਹੀਂ ਸੁਧਾਰ ਸਕੇ, ਕਿਉਂਕਿ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤਾਂ ਸਾਰੀ ਹਾਲਾਤ ਹੀ ਉੱਧਰ, ਅਤੇ ਮੁੜ ਕੇ ਸਾਥੋਂ ਆਪਣਾ ਆਪ ਸੁਧਾਰਿਆ ਨਹੀਂ ਗਿਆ। ਸਾਡੇ ਮਕਾਨ ਵੇਖੋ ਸਾਰੇ ਢੱਠੇ ਆ, ਬਾਲਿਆਂ ਦੇ ਮਕਾਨ ਨੇ ਅਤੇ ਸਾਰੇ ਢੱਠੇ ਹੋਏ ਆ। ਕੀ ਅਪੀਲ ਕੀ ਕਰਦੇ? ਅਸੀਂ ਅਪੀਲ ਕਰਦੇ ਗੌਰਮੈਂਟ ਵਾਲੀ ਵੀ ਸਾਡੇ ਲੜਕੇ ਦੀ ਡੈਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ। ਬਟਾਲਾ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।